ਜਿੰਨਾ ਨੇ ਉੱਥੇ ਡਿਗਰੀ ਕੀਤੀ ਆ ਕੈਨੇਡਾ ਵਿੱਚ ਆ ਕੇ ਵੀ ਉਹ ਫਾਰਮਾਸਿਸਟ ਬਣਨਾ ਚਾਹੁੰਦੇ ਨੇ ਜਦੋਂ ਤੁਸੀਂ ਉਹ ਯੂਨੀਵਰਸਿਟੀ ਚ ਅਪਲਾਈ ਕਰਦੇ ਹੋ ਕੋਰਸ ਵਾਸਤੇ ਉਹ ਤੁਹਾਨੂੰ ਨਾਲ ਹੀ ਵਰਕ ਪਰਮਿਟ ਵੀ ਲਾ ਕੇ ਦਿੰਦੇ ਆ ਤੁਹਾਨੂੰ ਅਰਾਊਂਡ 500 ਆਵਰਸ ਲਾਣੇ ਪੈਂਦੇ ਆ 500 ਘੰਟੇ ਕੰਮ ਕਰਨਾ ਪੈਂਦਾ ਆ ਜਿੰਨਾ ਨੇ ਉੱਥੇ ਫਾਰਮੇਸੀ ਨਹੀਂ ਕੀਤੀ ਉਹਨਾਂ ਵਾਸਤੇ ਦੋ ਰਸਤੇ ਨੇ ਤੇ ਫਰਸਟ ਐਗਜ਼ਾਮ ਕਲੀਅਰ ਕਰਨਾ ਕੋਈ ਵੀ ਮੁਸ਼ਕਲ ਗੱਲ ਨਹੀਂ ਆ ਤੁਸੀਂ ਆਜ਼ਾ ਵਿਜ਼ਟਰ ਆ ਕੇ ਵੀ ਇੱਥੇ ਐਗਜ਼ਾਮ ਦੇ ਸਕਦੇ ਹੋ ਸਤਿ ਸ਼੍ਰੀ ਅਕਾਲ ਤੁਸੀਂ ਪੀਐਨਸੀਨ ਦੇਖ ਰਹੇ ਹੋ ਅੱਜ ਤੁਹਾਡੇ ਲਈ ਅਸੀਂ ਨਵੀਂ ਪੇਸ਼ਕਸ਼ ਲੈ ਕੇ ਹਾਜ਼ਰ ਹੋਏ ਹਾਂ ਜਿਵੇਂ ਕਿ ਕੈਨੇਡਾ ਵਿੱਚ ਨਵੇਂ ਪ੍ਰਵਾਸੀ ਲਗਾਤਾਰ ਆਉਂਦੇ ਰਹਿੰਦੇ ਨੇ ਤੇ ਇਸ ਮੌਕੇ ਉਹ ਵੱਖ-ਵੱਖਰੇ professions ਦੇ ਵਿੱਚ ਜਾਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਕਿਹੜੇ ਕਦਮ ਚੁੱਕਣੇ ਚਾਹੀਦੇ ਨੇ ਤੇ ਵੱਖ-ਵੱਖਰੇ professions ਦੇ ਵਿੱਚ ਜਾਣ ਦੇ ਵਾਸਤੇ ਉਹਨਾਂ ਨੂੰ ਕੀ ਮੁੱਖ ਤੌਰ ਦੇ ਉੱਤੇ ਕਰਨ ਦੀ ਲੋੜ ਹੈ ਤਾਂ ਕਿ ਜਿਹੜੇ ਜਿਵੇਂ ਉਹ ਆਪਣੇ ਦੇਸ਼ ਦੇ ਵਿੱਚ ਜਿਹੜੇ profession 'ਚ ਹੁੰਦੇ ਨੇ ਉਸ ਤੋਂ ਅਲੱਗ ਕੈਨੇਡਾ ਵਿੱਚ ਆ ਕੇ ਉਹਨਾਂ ਨੂੰ ਕੋਈ ਹੋਰ ਕੰਮ ਨਾ ਕਰਨਾ ਪਵੇ ਸਗੋਂ ਉਸੇ ਨਾਲ ਮਿਲਦਾ ਜੁਲਦਾ ਕੰਮ ਇੱਥੇ ਵੀ ਉਹ ਕਰ ਸਕਣ ਉਸੇ ਵਾਸਤੇ ਇਸ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਲਈ ਖਾਸ ਗੱਲਾਂ ਦੱਸਾਂਗੇ ਅੱਜ ਮੁੱਖ ਤੌਰ ਦੇ ਉੱਤੇ ਤੁਹਾਨੂੰ ਅਸੀਂ ਦੱਸਾਂਗੇ ਕਿ ਜਿਹੜੇ ਵੀ ਜਿਵੇਂ ਕਿ ਬਾਹਰਲੇ ਮੁਲਕਾਂ ਦੇ ਵਿੱਚ ਫਾਰਮੇਸੀ ਕਰਦੇ ਨੇ ਫਾਰਮਾਸਿਸਟ ਨੇ ਤੇ ਕੈਨੇਡਾ ਵਿੱਚ ਆ ਕੇ ਵੀ ਉਹ ਫਾਰਮਾਸਿਸਟ ਬਣਨਾ ਚਾਹੁੰਦੇ ਨੇ ਤੇ ਕਿਹੜੀਆਂ ਚੀਜ਼ਾਂ ਦੀ ਲੋੜ ਹੈ ਜਿਸ ਦੇ ਵਿੱਚ ਤੁਹਾਨੂੰ ਇਹ ਵੀ ਦੱਸਾਂਗੇ ਕਿ ਜਿਹੜੇ ਇਹ ਟੈਸਟ ਨੇ ਉਸ ਦੇ ਵਾਸਤੇ ਸਿੱਧਾ ਕੈਨੇਡਾ ਦਾ ਟੈਸਟ ਬੁੱਕ ਕਰਵਾ ਕੇ ਵੀਜ਼ਾ ਵੀ ਉਹ ਅਪਲਾਈ ਕਰ ਸਕਦੇ ਨੇ ਜਿਸ ਦੇ ਲਈ ਉਹਨਾਂ ਨੂੰ ਕਿਤੇ ਪਹਿਲਾ ਦਾਖਲਾ ਲੈਣ ਦੀ ਲੋੜ ਹੈ ਜਾਂ ਨਹੀਂ ਤੇ ਕਿਹੜਾ ਟੈਸਟ ਦੇਣਾ ਪੈਂਦਾ ਕਿੰਨੇ ਸਮੇਂ ਦੀ ਪ੍ਰਕਿਰਿਆ ਹੈ ਕਿੰਨੇ ਕੁ ਹੋਰ ਜ਼ਿਆਦਾ ਫੀਸ ਲੱਗਦੀ ਹੈ ਤੇ ਕਿੰਨਾ ਖਰਚਾ ਹੁੰਦਾ ਹੈ ਸਾਰੀ ਜਾਣਕਾਰੀ ਅਸੀਂ ਦੱਸਾਂਗੇ ਜਿਹੜੇ ਕਿ ਕੈਨੇਡਾ ਵਿੱਚ ਪਹਿਲਾਂ ਤੋਂ ਮੌਜੂਦ ਵੀ ਨਹੀਂ ਤੇ ਉਹ ਇਸ professions ਦੇ ਵਿੱਚ ਹੁਣ ਜਾਣਾ ਚਾਹੁੰਦੇ ਨੇ ਫਾਰਮਾਸਿਸਟ ਬਣਨਾ ਚਾਹੁੰਦੇ ਨੇ ਅੱਜ ਉਹਨਾਂ ਦੇ ਲਈ ਅਸੀਂ ਖਾਸ ਜਾਣਕਾਰੀ ਲੈ ਕੇ ਆਏ ਹਾਂ ਅਸੀਂ ਇੱਕ ਫਾਰਮਾਸਿਸਟ ਨਾਲ ਗੱਲਬਾਤ ਕੀਤੀ ਹੈ ਜਿਸ ਨੇ ਕਿ ਆਪਣੇ ਤਜਰਬੇ ਤੋਂ ਦੱਸਿਆ ਕਿ ਕਿਹੜੇ ਕਦਮ ਚੁੱਕਣ ਦੀ ਲੋੜ ਹੁੰਦੀ ਹੈ ਤੁਹਾਨੂੰ ਸੁਣਾਉਣੇ ਆ ਕਿ ਆਖਿਰ ਕਿਹੜੇ ਕਦਮ ਚੁੱਕਣੇ ਪੈਣਗੇ ਜਿਸ ਤੋਂ ਬਾਅਦ ਜੇਕਰ ਤੁਸੀਂ ਜਿਵੇਂ ਕਿ ਪਹਿਲਾਂ ਤੋਂ ਜੇਕਰ ਤੁਸੀਂ ਫਾਰਮਾਸਿਸਟ ਹੋ ਵੀ ਜਾਂ ਫਿਰ ਤੁਸੀਂ ਫਾਰਮੇਸੀ ਦੀ ਪੜ੍ਹਾਈ ਕਰ ਰਹੇ ਹੋ ਕਿਸੇ ਹੋਰ ਦੇਸ਼ ਵਿੱਚ ਤੇ ਕੈਨੇਡਾ ਵਿੱਚ ਆ ਕੇ ਅੱਗੇ ਤੁਸੀਂ ਇਸ profession 'ਚ ਜਾਣਾ ਚਾਹੁੰਦੇ ਹੋ ਤਾਂ ਕੀ ਕੁਝ ਕਰਨਾ ਪਵੇਗਾ ਜਿਵੇਂ ਕੋਈ ਇੰਡੀਆ ਤੋਂ ਆਇਆ ਹੈ ਤਾਂ ਇੱਥੇ ਆ ਕੇ ਉਹ ਫਾਰਮਾਸਿਸਟ ਬਣਨਾ ਚਾਹੁੰਦਾ ਹੈ ਤਾਂ ਫਿਰ ਉਹ ਕੀ ਕਰਨਾ ਚਾਹੀਦਾ ਜਿਹੜੇ ਤੇ ਆਪਣੇ ਉੱਥੇ ਦੇ ਫਾਰਮਾਸਿਸਟ ਪੜੇ ਹੋਏ ਆ ਜਿਨ੍ਹਾਂ ਨੇ ਉੱਥੇ ਡਿਗਰੀ ਕੀਤੀ ਆ ਉਹਨਾਂ ਨੂੰ ਇੱਥੇ ਆ ਕੇ ਅਪਗ੍ਰੇਡ ਕਰਨਾ ਪੈਂਦਾ ਆ ਤੇ ਸਭ ਤੋਂ ਪਹਿਲਾਂ ਆਪਣਾ ਇੱਕ ਜੜੀ ਆਪਣਾ ਫਾਰਮੇਸੀ ਐਗਜ਼ਾਮੀਨਿੰਗ ਬੋਰਡ ਆਫ ਕੈਨੇਡਾ ਆ ਪੀਈਬੀਸੀ ਤੁਹਾਨੂੰ ਉਹਦੇ ਨਾਲ ਰਜਿਸਟਰ ਕਰਉਣਾ ਪੈਂਦਾ ਆ ਤੇ ਉਸ ਤੋਂ ਬਾਅਦ ਉਹ ਤੁਹਾਨੂੰ ਇੱਕ ਆਈਡੀ ਦੇ ਦਿੰਦੇ ਆ ਤੁਸੀਂ ਉਸ ਆਈਡੀ ਦੇ ਨਾਲ ਆ ਉਹ ਤੁਹਾਨੂੰ ਜਦੋਂ ਆਈਡੀ ਮਿਲ ਜਾਂਦੀ ਆ ਉਸ ਤੋਂ ਬਾਅਦ ਤੁਹਾਨੂੰ ਆਪਣੇ ਡਾਕੂਮੈਂਟ ਵੈਲਿਊਏਟ ਕਰਾਉਣੇ ਪੈਂਦੇ ਆ ਡਾਕੂਮੈਂਟੇਸ਼ਨ ਵੈਲਿਊਏਸ਼ਨ ਦੇ ਵਿੱਚ ਉਹਦਾ ਐਪਲੀਕੇਸ਼ਨ ਫਾਰਮ ਲੱਗਦਾ ਆ ਥੈਨ ਤੁਹਾਡੀ ਆਪਣੀ ਜੜੀ ਇੰਡੀਆ ਦੀ ਡਿਗਰੀ ਆ ਉਹਦੀ ਕਾਪੀ ਲੱਗਦੀ ਆ ਜਿਹੜੀ ਨੋਟਰਾਇਜ਼ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਤੁਹਾਨੂੰ ਉੱਥੋਂ ਯੂਨੀਵਰਸਿਟੀ ਦੇ ਵਿੱਚੋਂ ਆਪਣੀ ਟਰਾਂਸਕ੍ਰਿਪਟ ਮੰਗवानी ਪੈਂਦੀ ਆ ਟਰਾਂਸਕ੍ਰਿਪਟ ਜਿਹੜੀ ਆ ਉਹ ਡਾਇਰੈਕਟਲੀ ਯੂਨੀਵਰਸਿਟੀ ਟੂ ਜਰਾ ਫਾਰਮੇਸੀ ਐਗਜ਼ਾਮੀਨਿੰਗ ਬੋਰਡ ਆਫ ਕੈਨੇਡਾ ਜਾਂ ਉਹਨੂੰ ਜਾਂਦੀ ਆ ਤੇ ਜਿਨ੍ਹਾਂ ਨੇ ਵੀ ਆਪਣੇ ਆਪ ਨੂੰ ਉੱਥੇ ਰਜਿਸਟਰ ਕਰਵਾਇਆ ਹੋਇਆ ਆ ਐਜ਼ ਆ ਫਾਰਮਾਸਿਸਟ ਉਹਨਾਂ ਨੂੰ ਆਪਣਾ ਗੂਡ ਸਟੈਂਡਿੰਗ ਸਰਟੀਫਿਕੇਟ ਜਿਹੜਾ ਆ ਉਹ ਲੈਣਾ ਪੈਂਦਾ ਆ ਆ ਉਹ ਜਿਹੜਾ ਗੂਡ ਸਟੈਂਡਿੰਗ ਸਰਟੀਫਿਕੇਟ ਆ ਉਹ ਵੀ ਡਾਇਰੈਕਟਲੀ ਜਿਹੜਾ ਆ ਆ ਬੋਰਡ ਤੋਂ PEBC ਨੂੰ ਜਾਂਦਾ ਆ ਤੇ ਉਹ ਜਦੋਂ ਸਾਰੇ ਡਾਕੂਮੈਂਟ ਉਹਨਾਂ ਨੂੰ ਮਿਲ ਜਾਂਦੇ ਨੇ ਫਿਰ ਉਹ ਆਈ ਥਿੰਕ 2 ਤੋਂ 3 ਮਨთ ਲੈਂਦੇ ਆ ਤੇ ਉਹ ਤੁਹਾਨੂੰ ਆਪਣਾ ਇੱਕ ਤੁਹਾਨੂੰ ਦੱਸ ਦਿੰਦੇ ਆ ਕਿ ਆਰ ਯੂ ਐਲੀਜੀਬਲ ਟੂ ਡੂ ਦ ਐਗਜ਼ਾਮ অর ਨਾ ਜੇ ਤੋ ਕਹਿਣ ਦੇ ਆ ਕਿ ਹਾਂਜੀ ਤੁਸੀਂ ਓਕੇਓ ਇਗਜ਼ਾਮ ਦੇਣ ਵਾਸਤੇ ਤੋ ਦਾ ਨੈਕਸਟ ਸਟੈਪ ਆ ਜਾਂਦਾ ਆ ਉਹਦੇ ਵਿੱਚ ਤੁਸੀਂ ਇਗਜ਼ਾਮ ਦੇਣੇ ਹੁੰਦੇ ਆ ਪਹਿਲਾ ਇਗਜ਼ਾਮ ਹੁੰਦਾ ਆ ਜੀ ਏਵੈਲੂਏਟਿੰਗ ਇਗਜ਼ਾਮ ਸੈਕਿੰਡ ਹੁੰਦਾ ਆ ਜੀ ਉਹ ਮਲਟੀਪਲ ਚੋਇਸ ਹੁੰਦਾ ਵੀ ਉਹ ਹੋ ਜਾਂਦਾ ਆ ਕੁਆਲੀਫਾਈਂਗ ਇਗਜ਼ਾਮ ਤੇ ਤੀਸਰਾ ਹੁੰਦਾ ਆ ਆਸਕੀ ਉਹਦੇ ਚ ਕੀ ਆ ਉਹ ਪੇਸ਼ੈਂਟ ਸੈਂਟਰ ਹੁੰਦਾ ਆ ਇਗਜ਼ਾਮ ਜਦੋਂ ਤੁਸੀਂ ਉਹ ਤਿੰਨੇ ਇਗਜ਼ਾਮ ਕਲੀਅਰ ਕਰ ਲੈਂਦੇ ਹੋ ਤਾਂ ਉਸ ਤੋਂ ਬਾਅਦ ਤੁਹਾਨੂੰ ਆਪਣੇ ਹਾਰਸ ਪ੍ਰੋਮਿਸ ਦਾ ਆਪਣਾ ਬੋਰਡ ਆ ਉਸ ਬੋਰਡ ਦੇ ਨਾਲ ਤੁਹਾਨੂੰ ਆਪਣੇ ਆਪ ਨੂੰ ਰਜਿਸਟਰ ਕਰਾਉਣਾ ਪੈਂਦਾ ਆ ਤੇ ਰਜਿਸਟ੍ਰੇਸ਼ਨ ਤੋਂ ਬਾਅਦ ਹਰ ਇੱਕ ਬੋਰਡ ਦੀ ਆਪਣੀ ਰਿਕੁਆਇਰਮੈਂਟਸ ਨੇ ਜਿਵੇਂ ਅਸੀਂ ਬੀਸੀ ਦੇ ਵਿੱਚ ਆ ਤੇ ਬੀਸੀ ਦੇ ਵਿੱਚ ਫੋਰ ਐਗਜ਼ਾਮਪਲ ਜੇ ਤੁਸੀਂ ਫਾਰਮਾਸਿਸਟ ਬੰਨਾ ਆ ਜਦੋਂ ਤੁਸੀਂ ਇਗਜ਼ਾਮ ਕਲੀਅਰ ਕਰ ਲਈ ਤਾਂ ਤੁਹਾਨੂੰ ਇੱਥੇ ਇੰਟਰਨਸ਼ਿਪ ਕਰਨੀ ਪੈਂਦੀ ਆ ਇੰਟਰਨਸ਼ਿਪ ਜਿਹੜੀ ਆ ਉਹ ਯੂਬੀਸੀ ਥਰੂ ਹੁੰਦੀ ਆ ਉਹਨਾਂ ਦਾ ਆਪਣਾ ਕੋਰਸ ਹੈਗਾ ਯਾ ਕੈਨੇਡੀਅਨ ਫਾਰਮੇਸੀ ਪ੍ਰੈਕਟਿਸ ਪ੍ਰੋਗਰਾਮ ਤੁਹਾਨੂੰ ਉਹਦੇ ਵਿੱਚ انرੋਲ ਕਰਨਾ ਪੈਂਦਾ ਆ ਤੇ ਉਸ انرول ਹੋਣ ਤੋਂ ਬਾਅਦ ਉਹ ਤੁਹਾਨੂੰ ਇੱਕ ਜਿੱਦਾ ਕੋਰਸ ਕਰਾਉਂਦੇ ਆ 3 ਮਹੀਨਿਆਂ ਦਾ ਉਸ ਤੋਂ ਬਾਅਦ ਉਹ ਤੁਹਾਡੀ ਇੰਟਰਨਸ਼ਿਪ ਕਰਵਾਉਂਦੇ ਆ ਕਿਸੇ ਵੀ ਫਾਰਮੇਸੀ ਦੇ ਵਿੱਚ ਤੁਹਾਨੂੰ ਅਰਾਊਂਡ 500 ਆਵਰਸ ਲਾਉਣੇ ਪੈਂਦੇ ਆ 500 ਘੰਟੇ ਕੰਮ ਕਰਨਾ ਪੈਂਦਾ ਆ ਇੰਟਰਨਸ਼ਿਪ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਜੂਰੀਸ ਪ੍ਰੂਡੈਂਸ ਦਾ ਐਗਜ਼ਾਮ ਦੇਣਾ ਹੁੰਦਾ ਆ ਤੇ ਉਹ ਲਾ ਐਗਜ਼ਾਮ ਹੈਗਾ ਆ ਜਦੋਂ ਤੁਸੀਂ ਉਹ ਵੀ ਪਾਸ ਕਰ ਲੈਂਦੇ ਹੋ ਤੇ ਉਸ ਤੋਂ ਪਹਿਲਾਂ ਤੁਹਾਨੂੰ ਆਈਲੈਂਡ ਦਾ ਇਗਜ਼ਾਮ ਵੀ ਦੇਣਾ ਪੈਂਦਾ ਜਾਂ ਕੋਈ ਵੀ ਇੰਗਲਿਸ਼ ਦਾ ਪ੍ਰੋਫੀਸੀ ਇੰਗਲਿਸ਼ ਦਾ ਕੋਈ ਵੀ ਇਗਜ਼ਾਮ ਦੇਣਾ ਪੈਂਦਾ ਹੈ ਤੇ ਉਹ ਤੁਹਾਨੂੰ ਜੋ ਕੱਟ ਆਫ ਆ ਉਹ ਤੁਹਾਨੂੰ ਵੈਬਸਾਈਟ ਤੋਂ ਮਿਲ ਜੂਗੀ ਕਿੰਨਾ-ਕਿੰਨਾ ਤੁਹਾਨੂੰ ਈਚ ਬੈਂਡ ਚਾਹੀਦੇ ਆ ਅਰਾਊਂਡ ਆਈ ਥਿੰਕ ਪਹਿਲਾਂ 6.5 ਸੀਗਾ ਹੁਣ ਵੀ 6.5 ਹੀ ਹੋਊਗਾ ਆਲ ਓਵਰ ਜਦੋਂ ਤੁਸੀਂ ਸਾਰਾ ਕੁਝ ਕਰ ਲੈਂਦੇ ਹੋ ਤਾਂ ਉਸ ਤੋਂ ਬਾਅਦ ਤੁਹਾਨੂੰ ਉਹ ਆਪਣਾ ਸਰਟੀਫਾਈਡ ਕਰ ਦਿੰਦੇ ਆ ਕਿ ਤੁਸੀਂ ਕੰਮ ਕਰ ਸਕਦੇ ਆ ਐਜ਼ ਅ ਫਾਰਮਾਸਿਸਟ ਤੇ ਕੁੱਲ ਇਹ ਕਿੰਨੇ ਕੁ ਸਮੇਂ ਦਾ ਹੈਗਾ ਇਹ ਪ੍ਰਕਿਰਿਆ ਜੜੀ ਟੋਟਲ ਜੋ ਟਾਈਮ ਆ ਜਿਹੜਾ ਐਗਜ਼ਾਮ ਹੁੰਦਾ ਫਰਸਟ ਉਸ ਸਾਲ ਚ ਦੋ ਵਾਰ ਹੁੰਦਾ ਆ ਇੱਕ ਵਾਰ ਆਈ ਥਿੰਕ ਨਵੰਬਰ ਚ ਹੁੰਦਾ ਆ ਇੱਕ ਵਾਰ ਜੂਨ ਜੁਲਾਈ ਚ ਹੁੰਦਾ ਆ ਜਦੋਂ ਤੁਸੀਂ ਉਹ ਐਗਜ਼ਾਮ ਪਾਸ ਕਰ ਲੈਂਦੇ ਹੋ ਤਾਂ ਤੁਸੀਂ ਉਸ ਤੋਂ ਬਾਅਦ ਸੈਕਿੰਡ ਐਗਜ਼ਾਮ ਜਿਹੜਾ ਹੈ ਉਸ ਤੋਂ ਬਾਅਦ ਅਪਲਾਈ ਕਰ ਸਕਦੇ ਹੋ ਤੇ ਸੈਕਿੰਡ ਐਗਜ਼ਾਮ ਵੀ ਦੋ ਟਾਈਮ ਹੁੰਦਾ ਆ ਅਰਾਊਂਡ ਨਵੰਬਰ ਤੇ ਉਹ ਵੀ ਮਈ ਚ ਹੁੰਦਾ ਆ ਸੋ ਪ੍ਰੋਬਬਲੀ ਤੁਸੀਂ ਇਹ ਮੰਨ ਕੇ ਚੱਲੋ ਕਿ ਜਦੋਂ ਤੁਸੀਂ ਡਾਕੂਮੈਂਟੇਸ਼ਨ ਆਪਣੇ ਅਵੈਲਿਊਡ ਕਰਾ ਲੈਂਦੇ ਹੋ ਉੱਥੋਂ ਸਟਾਰਟ ਹੋ ਕੇ ਤੇ ਟੋਟਲ ਫਾਰਮਾਸਿਸਟ ਬਣਨ ਚ ਤੁਹਾਨੂੰ ਆਲਮੋਸਟ 2 ਸਾਲ ਦਾ ਟਾਈਮ ਲੱਗ ਜਾਂਦਾ ਹੈ ਤੇ ਫਿਰ ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਉਹਨਾਂ ਨੂੰ ਉੱਥੇ ਅਗਰ ਉਹਨਾਂ ਨੇ ਪ੍ਰੈਕਟਿਸ ਵੀ ਕੀਤੀ ਹੋਈ ਹੈ ਜਿੱਥੇ ਤੋਂ ਆਏ ਨੇ ਚਾਹੇ ਇੰਡੀਆ ਤੋਂ ਚਾਹੇ ਕਿਤੇ ਵੀ ਜਿੱਥੇ ਫਾਰਮੇਸੀ ਕੀਤੀ ਹੈ ਪੜ੍ਹਾਈ ਕੀਤੀ ਹੈ ਉਸ ਤੋਂ ਬਾਅਦ ਜਿਨ੍ਹਾਂ ਨੇ ਪ੍ਰੈਕਟਿਸ ਨਹੀਂ ਕੀਤੀ ਉਹਨਾਂ ਦਾ ਵਾਸਤੇ ਵੀ ਸੇਮ ਹੈ ਇਹ ਤੇ ਜਾਂ ਜਿਨ੍ਹਾਂ ਨੇ ਵੀ ਇੰਟਰਨੈਸ਼ਨਲ ਫਾਰਮੇਸੀ ਸਕੂਲਿੰਗ ਕੀਤੀ ਆ ਉਹਨਾਂ ਦੇ ਵਾਸਤੇ ਇਹ ਸਾਰਾ ਪ੍ਰੋਸੀਜਰ ਹੈਗਾ ਆ ਜਿਨ੍ਹਾਂ ਨੇ ਉੱਥੇ ਫਾਰਮੇਸੀ ਨਹੀਂ ਕੀਤੀ ਉਹਨਾਂ ਵਾਸਤੇ ਦੋ ਰਸਤੇ ਨੇ ਇੱਕ ਤੇ ਆ ਤੁਸੀਂ ਉੱਥੇ ਐਜ਼ ਬੈਚਲਰ ਆਫ ਫਾਰਮੇਸੀ ਜਾਂ ਡਾਕਟਰ ਆਫ ਫਾਰਮੇਸੀ ਦਾ ਕੋਰਸ ਹੁੰਦੇ ਆ ਤੁਸੀਂ ਉਹ ਉੱਥੇ ਕਰ ਸਕਦੇ ਹੋ ਤਾਂ ਸੇਮ ਵੇਅਨ ਅਪਗ੍ਰੇਡ ਕਰ ਸਕਦੇ ਹੋ ਦੂਜਾ ਵੀ ਹੈਗਾ ਜੇ ਤੁਸੀਂ ਕਨੇਡੀਅਨ ਯੂਨੀਵਰਸਿਟੀ ਦੇ ਵਿੱਚ ਪੜ੍ਹ ਸਕਦੇ ਹੋ ਬਟ ਉੱਥੋਂ ਇੱਥੇ ਐਡਮਿਸ਼ਨ ਲੈਣਾ ਇੰਨਾ ਈਜ਼ੀ ਨਹੀਂ ਹੈਗਾ ਕਿਉਂਕਿ ਇੱਥੇ ਸੀਟਸ ਲਿਮਟਿਡ ਹੁੰਦੀਆਂ ਨੇ ਜਿਵੇਂ ਯੂਬੀਸੀ ਦੇ ਵਿੱਚ ਅਰਾਊਂਡ 150 ਸੀਟਸ ਨੇ ਤੇ ਮੋਸਟਲੀ ਮੈਂ ਦੇਖਿਆ ਆ ਕਿ ਆਲਮੋਸਟ ਸਾਰੇ ਦੇ ਸਾਰੇ ਜੋ ਬੱਚੇ ਜਿਹੜੇ ਕੈਨੇਡੀਅਨ ਨੇ ਉਹ ਉਹੀ ਲੈਂਦੇ ਨੇ ਤੇ ਇੰਟਰਨੈਸ਼ਨਲ ਜਿਹੜੇ ਬੱਚੇ ਉਸ ਫੀਲਡ ਦੇ ਵਿੱਚ ਮੈਂ ਜ਼ਿਆਦਾ ਦੇਖੇ ਨਹੀਂ ਹੈਗੇ ਕਿਉਂਕਿ ਉਹਨਾਂ ਦੀ ਜੀ ਕੱਟਆਫ ਜੋ ਆ ਉਹ ਬਹੁਤ ਹਾਈ ਆ ਤੇ ਨਾਲੇ ਉਹਨਾਂ ਨੇ ਐਗਜ਼ਾਮ ਲੈਣਾ ਹੁੰਦਾ ਆ ਦੇ ਐਗਜ਼ਾਮੀਨੇਸ਼ਨ ਦੇ ਬਾਅਦ ਉਹ ਇੰਟਰਵਿਊ ਕਰਦੇ ਆ ਇੰਨੇ ਪ੍ਰੋਸੀਜਰ ਦੇ ਵਿੱਚੋਂ ਇੰਟਰਨੈਸ਼ਨਲ ਬੱਚਾ ਮੈਂ ਲੰਘਦਾ ਦੇਖਿਆ ਨਹੀਂ ਹਜੇ ਤੱਕ ਤੇ ਬਾਅਦ ਪ੍ਰੋਸੀਜਰ ਹੈਗਾ ਆ ਜੇ ਤੁਸੀਂ ਇੱਥੇ ਆ ਕੇ ਜੇ ਤੁਸੀਂ ਉੱਥੇ ਟੈਂਟ ਕੀਤੀ ਆ ਤੁਸੀਂ ਇੱਥੇ ਆਪਣਾ ਹਾਈ ਸਕੂਲ ਕਰਨਾ ਆ ਉਸ ਤੋਂ ਬਾਅਦ ਤੁਸੀਂ ਆਪਣੀ ਬੈਚਲਰ ਆਫ ਸਾਇੰਸ ਕਰਨੀ ਆ ਤੁਹਾਨੂੰ ਬੈਚਲਰ ਆਫ ਸਾਇੰਸ ਤੁਸੀਂ ਕਿਸੇ ਚ ਵੀ ਕਰ ਸਕਦੇ ਹੋ ਬਾਇਓ ਕੈਮਿਸਟਰੀ ਕੈਮਿਸਟਰੀ ਜੋ ਵੀ ਤੁਹਾਡੀ ਫੀਲਡ ਤੁਹਾਨੂੰ ਚੰਗੀ ਲੱਗਦੀ ਆ ਉਸ ਤੋਂ ਬਾਅਦ ਕੀ ਕਰਦੇ ਆ ਕਿ ਤੁਹਾਨੂੰ ਯੂਨੀਵਰਸਿਟੀ ਦਾ ਐਗਜ਼ਾਮ ਦੇਣਾ ਪੈਂਦਾ ਆ ਫਾਰਮੇਸੀ ਵਾਲਾ ਤੇ ਉਸ ਤੋਂ ਬਾਅਦ ਉਹ ਤੁਹਾਨੂੰ ਇੰਟਰਵਿਊ ਕਰਦੇ ਆ ਇੰਟਰੂ ਦੇ ਬਾਅਦ ਉਹ ਜੋ ਵੀ ਸ਼ੋਰਟ ਸਿਲੈਕਟਡ ਹੁੰਦੇ ਨੇ ਉਹਨਾਂ ਨੂੰ ਉਹ ਐਡਮਿਸ਼ਨ ਰੱਖ ਲੈਂਦੇ ਕਰ ਦਿੰਦੇ ਆ ਤੇ ਫਿਰ ਉਹ ਫਾਰਮੇਸੀ ਦੇ ਵਾਸਤੇ हां जी वो फार्मेसी वास्ते हां जी ਤੇ ਬੱਚ ਜਦੋਂ ਤੁਸੀਂ ਬੀਐਸਸੀ ਕਿਸੇ ਵੀ ਫੀਲ ਚ ਕਰ ਲਈ ਆ ਉਸ ਤੋਂ ਬਾਅਦ ਤੁਹਾਡੇ ਕਿੰਨੇ ਰਾਹ ਆ ਜਾਂਦੇ ਆ ਤੁਸੀਂ ਆ ਡਾਕਟਰੀ ਵੀ ਕਰ ਸਕਦੇ ਹੋ ਤੁਸੀਂ ਨਰਸਿੰਗ ਵਾਲ ਜਾ ਸਕਦੇ ਹੋ ਤੁਸੀਂ ਫਾਰਮੇਸੀ ਵਾਲ ਜਾ ਸਕਦੇ ਹੋ ਸੋ ਉਸ ਤੋਂ ਬਾਅਦ ਡਿਫਰੈਂਟ ਰਾਹ ਖੁੱਲਦੇ ਪਰ ਤੁਹਾਨੂੰ ਬੀਐਸਸੀ ਕਰਨੀ ਪੈਂਦੀ ਹੈ ਇੱਥੇ ਤੁਹਾਨੂੰ ਜੀਵੇ ਇੱਥੋਂ ਦੇ ਜਿਹੜੇ ਹੈਗੇ ਨੇ ਉਹਨਾਂ ਨੇ ਇੱਕ ਵਾਰ ਹਾਈ ਸਕੂਲ ਕੀਤਾ ਤਾਂ ਉਸ ਤੋਂ ਬਾਅਦ ਬੈਚਲਰ ਕਰਕੇ ਫਿਰ ਜਾ ਸਕਦੇ ਆ हां जी ਫਿਰ ਤੁਸੀਂ ਬੈਚਲਰ ਕਰਨੀ ਆ ਉਸ ਤੋਂ ਬਾਅਦ ਉਹ ਤੁਹਾਡਾ ਐਗਜ਼ਾਮ ਹੁੰਦਾ ਆ ਤੇ ਉਸ ਤੋਂ ਬਾਅਦ ਇੰਟਰਵਿਊ ਹੁੰਦੀ ਆ ਤੇ ਉਹ ਜਦੋਂ ਤੁਸੀਂ ਕਲੀਅਰ ਕਰ ਲੈਂਦੇ ਹੋ ਮੇਰੇ ਕੋਲ ਇੱਥੇ ਕੁੜੀ ਸੀਗੀ ਵਲੰਟੀਅਰ ਸੀਗੀ ਇੱਕ ਉਹ ਕਾਫੀ ਇੰਟੈਲੀਜੈਂਟ ਸੀਗੀ ਉਹਨੇ ਵੀ ਬੀਏ ਸੀ ਕੀਤੀ ਸੀਗੀ ਉਸ ਤੋਂ ਬਾਅਦ ਆ ਇੱਥੇ ਐਕਚੁਅਲੀ ਜਦੋਂ ਤੁਸੀਂ ਐਡਮਿਸ਼ਨ ਲੈਂਦੇ ਹੋ ਤੁਹਾਡਾ ਓਵਰਆਲ ਦੇਖਦੇ ਆ ਕਿ ਤੁਸੀਂ ਵਲੰਟੀਅਰ ਕੰਮ ਕਿੰਨਾ ਕੀਤਾ ਆ ਆਪਣੇ ਫੀਲਡ ਦੇ ਵਿੱਚ ਜਾਂ ਤੁਸੀਂ ਸੋਸ਼ੀਅਲੀ ਕਿੰਨਾ ਕੰਮ ਕੀਤਾ ਆ ਉਹ ਵੀ ਤੁਹਾਡੇ ਨੰਬਰ ਉਹਦੇ ਵਿੱਚ ਗਿਣੇ ਜਾਂਦੇ ਆ ਕਿ ਤੁਸੀਂ ਕਿੰਨੇ ਕੋਰ ਔਲ ਕਿੰਨੇ ਐਕਟਿਵ ਸੀਗੇ ਸਿਰਫ ਤੁਹਾਡੀ ਐਜੂਕੇਸ਼ਨ ਹੀ ਦੇਖਦੇ ਬਾਕੀ ਉਹ ਵੀ ਦੇਖਦੇ ਆ ਕਿ ਤੁਸੀਂ ਸੋਸ਼ਲੀ ਕਿੰਨਾ ਇਨਵੋਲ ਹੋਇਆ ਗਏ ਹੋ ਉਹ ਸਾਰਾ ਕੁਝ ਦੇਖ ਕੇ ਹੀ ਤੁਹਾਨੂੰ ਐਡਮਿਸ਼ਨ ਦਿੰਦੇ ਆ ਜਿੰਦਾ ਤੁਹਾਡੇ ਪਾਸਿੰਗ ਮਾਰਕਸ ਜੋ ਆ ਗਏ ਐਗਜ਼ਾਮ ਦੇ ਵਿੱਚੋਂ ਤੁਹਾਡਾ ਇੰਟਰਵਿਊ ਆ ਤੁਹਾਡੇ ਰੈਫਰੈਂਸ ਜਿਹੜੇ ਉਹ ਰੈਫਰੈਂਸ ਵੀ ਮੰਗਦੇ ਆ ਕਿ ਤੁਸੀਂ ਜਿੱਥੇ ਕੰਮ ਕੀਤਾ ਆ ਉਹ ਵੀ ਦੇਖਦੇ ਆ ਕਿ ਤੁਸੀਂ ਰੀਲੀ ਕੀ ਉਹ ਤੁਸੀਂ ਉਹ ਕਰ ਸਕਦੇ ਕਿ ਨਹੀਂ ਕਰ ਸਕਦੇ ਉਹ ਸਾਰਾ ਕੁਝ ਚੈੱਕ ਕਰਕੇ ਹੀ ਤੁਹਾਨੂੰ ਐਡਮਿਸ਼ਨ ਦਿੰਦੇ ਆ ਫਿਰ ਜਿਨ੍ਹਾਂ ਨੇ ਫਾਰਮੇਸੀ ਕੀਤੀ ਹੋਈ ਹੈ ਉੱਥੇ ਤਾਂ ਫਿਰ ਉਸ ਤੋਂ ਬਾਅਦ ਜਿਵੇਂ ਇੱਥੇ ਅੱਗੇ ਵੈਲਿਊਏਸ਼ਨ ਵੀ ਕਰਵਾਉਣੀ ਹੈ ਤਾਂ ਸਿਰਫ ਫਾਰਮੇਸੀ ਦੀ ਡਿਗਰੀ ਉਹਨਾਂ ਦੇ ਲਈ ਇਨਫ ਹੈ ਜਾਂ ਕੋਈ ਹੋਰ ਐਲੀਜੀਬਿਲਟੀ ਵੀ ਹੁੰਦੀ ਹੈ ਜਾਂ ਏਜ ਨੂੰ ਲੈ ਕੇ ਜਾਂ ਕੁਝ ਹੋਰ ਅ ਏਜ ਰਿਲੇਟਡ ਤੇ ਕੋਈ ਵੀ ਐਲੀਜੀਬਿਲਟੀ ਹੈ ਨਹੀਂ ਆ ਜਦੋਂ ਤੁਸੀਂ ਇੱਥੇ ਆਉਂਦੇ ਹੋ ਡਾਕੂਮੈਂਟਸ ਵੈਲਿਊਟ ਹੋਗੇ ਤੁਹਾਡੇ ਅ ਤੁਹਾਡਾ ਜਿਹੜਾ ਪਹਿਲਾ ਇਖਤਿਆਮ ਹੁੰਦਾ ਆ ਉਹ ਸਿਰਫ ਇੰਟਰਨੈਸ਼ਨਲ ਗ੍ਰੈਜੂਏਟ ਵਾਸਤੇ ਹੀ ਹੁੰਦਾ ਆ ਉਹ ਬਰਾ ਇਜ਼ੀ ਆ ਬੇਸਿਕ ਐਗਜ਼ਾਮ ਆ ਜਿਹਦੇ ਤੁਸੀਂ ਦੇ ਤੁਹਾਨੂੰ ਉੱਥੇ ਬੇਸਿਕ ਤੁਹਾਡੇ ਕਲੀਅਰ ਨੇ ਤੇ ਫਰਸਟ ਐਗਜ਼ਾਮ ਕਲੀਅਰ ਕਰਨਾ ਕੋਈ ਵੀ ਮੁਸ਼ਕਲ ਗੱਲ ਨਹੀਂ ਆ ਜੋ ਸੈਕੰਡ ਐਗਜ਼ਾਮ ਹੈਗਾ ਆ ਉਹ ਥੋੜਾ ਹਾਰਡ ਹੁੰਦਾ ਆ ਕਿਉਂਕਿ ਉਹਦੇ ਚ ਤੁਹਾਡੇ ਨਾਲ ਕੰਪੀਟੀਸ਼ਨ ਦੇ ਵਿੱਚ ਕਨੇਡੀਅਨ ਬੱਚੇ ਵੀ ਆ ਜੋ ਆਪਾਂ ਇੱਥੇ ਕਨੇਡੀਅਨ ਜੋ ਇੱਕ ਬੱਚੇ ਨੇ ਸਟੱਡੀ ਕੀਤੀ ਆ ਨਾ ਉਹਨਾਂ ਨੇ ਸਟੱਡੀ ਕੀਤੀ ਆ ਉਸ ਐਗਜ਼ਾਮੀਨੇਸ਼ਨ ਦੇ ਅਕੋਰਡਿੰਗ ਹੀ ਕਿਉਂਕਿ ਉਹਨਾਂ ਦੀ ਪ੍ਰੈਕਟਿਸ ਦਾ ਹੀ ਹੁੰਦੀ ਆ ਕਿ ਉਹ ਉਹਨਾਂ ਵਾਸਤੇ ਉਹ ਐਗਜ਼ਾਮ ਪਾਸ ਕਰਨਾ ਜ਼ਿਆਦਾ ਮੁਸ਼ਕਲ ਨਹੀਂ ਹੁੰਦਾ ਬਟ ਸਾਡੀ ਜੋ ਉੱਥੇ ਐਜੂਕੇਸ਼ਨ ਆ ਇੰਡਸਟਰੀਅਲ بیس ਆ ਸਾਨੂੰ ਉੱਥੇ ਮੋਸਟਲੀ ਜਿੱਦਾਂ ਜੋ ਸਿਖਾਇਆ ਜਾਂਦਾ ਹੈ ਉਹ ਸਾਰਾ ਕੁਝ ਸਿਖਾ ਦਿੰਦੇ ਆ ਇੰਡਸਟਰੀ ਵੀ ਸਿਖਾ ਦਿੰਦੇ ਆ ਤੁਹਾਨੂੰ ਫਾਰਮਕੋਲੋਜੀ ਵੀ ਸਿਖਾ ਦਿੰਦੇ ਆ ਬਟ ਉਹ ਇਨਫ ਨਹੀਂ ਰਹਿੰਦੀ ਤੁਹਾਨੂੰ ਇੱਥੇ ਆ ਕੇ ਕਾਫੀ ਜ਼ਿਆਦਾ ਪੜ੍ਹਨਾ ਪੈਂਦਾ ਆ ਤੇ ਤੁਹਾਨੂੰ ਤੁਹਾਡੇ ਜੋ ਆ ਤੁਹਾਡੇ ਨਾਲ ਤੁਸੀਂ ਇਹ ਦੇਖੋ ਕਿ ਤੁਹਾਡੇ ਨਾਲ ਕੰਪੀਟੀਸ਼ਨ ਦੇ ਵਿੱਚ ਕੈਨੇਡੀਅਨ ਜੋ ਇੱਥੇ ਸਟੱਡੀ ਕੀਤੀ ਆ ਉਹ ਨੇ ਸੈਕਿੰਡ ਐਗਜ਼ਾਮ ਵਾਸਤੇ ਇਸ ਕਰਕੇ ਜੋ ਕੰਪੀਟੀਸ਼ਨ ਥੋੜਾ ਜ਼ਿਆਦਾ ਹੋ ਜਾਂਦਾ ਆ ਕਿਉਂਕਿ ਇਹਨਾਂ ਨੇ ਇੱਕ ਸਿਲੇਕਟਡ ਬੱਚੇ ਜਿੱਦਾਂ ਪਾਸ ਹੁੰਦੇ ਨੇ 400 500 ਇੱਕ ਸਾਲ ਦੇ ਵਿੱਚ ਤੇ ਇਸ ਕਰਕੇ ਥੋੜਾ ਹਾਰ ਹੋ ਜਾਂਦਾ ਆ ਤਾਂ ਤੁਹਾਨੂੰ ਕਾਫੀ ਪੜ੍ਹਨਾ ਪੈਂਦਾ ਉਹਦੇ ਵਾਸਤੇ ਤੇ ਫਿਰ ਜਿਹੜੇ ਉਥੋਂ ਫਾਰਮੇਸੀ ਕਰਕੇ ਆਉਂਦੇ ਨੇ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਐਗਜ਼ਾਮ ਹੈ ਔਖਾ ਹੈ ਇਹਦੇ ਵਾਸਤੇ ਕੋਰਸ ਲੈਣੇ ਪੈਂਦੇ ਨੇ ਜਾਂ ਫਿਰ ਕੋਚਿੰਗ ਲੈਣੀ ਪੈਂਦੀ ਹੈ ਜਾਂ ਕਿਵੇਂ ਅ ਇੱਥੇ ਥੋੜੇ ਜੇ ਕੋਚਿੰਗ ਸੈਂਟਰ ਹੈਗੇ ਨੇ ਉਹ ਮੈਂ ਤੇ ਕਦੀ ਰეკਮੈਂਡ ਨਹੀਂ ਕਰਦਾ ਕਿ ਤੁਸੀਂ ਉਸ ਕੋਚਿੰਗ ਸੈਂਟਰ ਦੇ ਵਿੱਚ ਜਾਓ ਕਿਉਂਕਿ ਉਹ ਤੁਹਾਨੂੰ ਇੱਕ ਛੋਟੀ ਜੀ ਨੋਟਬੁੱਕ ਦੇ ਦਿੰਦੇ ਆ ਪੜਨ ਨੂੰ ਜਿਹਦੇ 'ਚ ਸਿਰਫ 2-3 ਲਾਈਨਾਂ ਹੀ ਲਿਖੀਆਂ ਹੁੰਦੀਆਂ ਨੇ ਤੁਹਾਡੇ ਬੇਸਿਕ ਕਲੀਅਰ ਨਹੀਂ ਹੁੰਦੇ ਉਹਦੇ ਵਿੱਚ ਤੇ ਉਹ ਜਿੱਦਾਂ ਇੰਡੀਆ ਦੇ ਵਿੱਚ ਐਮਬੀਡੀ ਗਾਈਡ ਵਗੈਰਾ ਛੋਟੀਆਂ-ਛੋਟੀਆਂ ਜੀਆਂ ਬੁੱਕਸ ਹੁੰਦੀਆਂ ਉਸੇ ਬੇਸ ਦੇ ਉੱਤੇ ਉਹ ਤੁਹਾਨੂੰ ਤੁਹਾਡੀ ਤਿਆਰੀ ਕਰਾਉਂਦੇ ਆ ਪਹਿਲੇ ਐਗਜ਼ਾਮ ਮੈਂ ਤੁਹਾਨੂੰ ਪਹਿਲਾਂ ਕਹਾ ਬੜਾ ਬੇਸਿਕ ਆ ਤੁਸੀਂ ਉਹ इजीली ਕਲੀਅਰ ਕਰ ਸਕਦੇ ਜੇ ਤੁਹਾਡੇ ਬੇਸਿਕ ਗੁੱਡ ਨੇ ਬਟ ਸੈਕਿੰਡ ਐਗਜ਼ਾਮ ਦੇ ਵਿੱਚ ਉਹ ਬੁੱਕਸ ਕੰਮ ਨਹੀਂ ਆਉਂਦੀਆਂ ਤੇ ਮੈਂ ਹੁਣ ਕਿਸੇ ਬੁੱਕ ਦਾ ਇੱਥੇ ਨਾਮ ਨਹੀਂ ਲੈ ਸਕਦਾ ਕਿਉਂਕਿ ਅਸੀਂ ਕਿਸੇ ਇੱਕ ਬੁੱਕ ਦੇ ਅਕੋਰਡਿੰਗ ਬਾਇਸ ਨਹੀਂ ਹੋ ਸਕਦਾ ਕਿ ਉਹ ਵਧ ਗਿਆ ਜਾਂ ਉਹ ਘਟ ਗਿਆ ਬਟ ਇੱਥੇ ਵੈਰੀ ਗੁੱਡ ਰੈਫਰੈਂਸਸ ਨੇ ਜੇ ਤੁਸੀਂ ਕਿਸੇ ਨੂੰ ਨੂੰ ਜਾਣਦੇ ਹੋ ਤੁਹਾਨੂੰ ਗਾਈਡ ਕਰ ਸਕਦਾ ਹੈ ਕਿ ਕਿਹੜੀ ਬੁੱਕਸ ਦੇ ਵਿੱਚੋਂ ਤਿਆਰੀ ਕਰੋ ਬਟ ਤੁਸੀਂ ਸਾਰੇ ਦਾ ਸਾਰਾ ਜੋ ਸਿਲੇਬਸ ਆ ਉਹਨੂੰ ਤੁਸੀਂ ਫੋਲੋ ਕਰੋ ਕਿਉਂਕਿ ਫੋਰ ਐਗਜ਼ਾਮਪਲ ਜਦੋਂ ਤੁਸੀਂ ਸੈਕਿੰਡ ਸੈਕਿੰਡ ਐਗਜ਼ਾਮ ਦਿੰਦੇ ਹੋ ਉਹਦੇ ਵਿੱਚ ਕੰਪੀਟੈਂਸੀਸ ਹੁੰਦੀਆਂ ਨੇ ਫੋਰ ਐਗਜ਼ਾਮਪਲ ਨੰਬਰ 1 ਕੰਪੀਟੈਂਸੀ ਨੰਬਰ 2 ਕੰਪੀਟੈਂਸੀਸ ਕੰਪੀਟੈਂਸੀ ਮੀਨਸ ਕਿ ਸਬਜੈਕਟ ਨਹੀਂ ਸਮਝ ਲੋਤੇ ਸੀ ਅੱਦਾਂ ਨੇ ਜੇ ਤੁਸੀਂ ਇਕਵ ਸਬਜੈਕਟ ਵਿੱਚ ਫੇਲ ਹੋ ਜਾਂਦੇ ਹੋ ਯੂ ਆਵਰ ਓਵਰਆਲ ਯੂ ਆਰ ਫੇਲ ਜੇ ਤੁਹਾਨੂੰ ਉਹ ਸਾਰੇ ਸਾਰੇ ਸਬਜੈਕਟ ਕਲੀਅਰ ਕਰਨੇ ਪੈਂਦੇ ਆ ਜੇ ਫੋਰ ਐਗਜ਼ਾਮਪਲ ਕੈਲਕੂਲੇਸ਼ਨਸ ਨੇ ਜੇ ਤੁਸੀਂ ਕੈਲਕੂਲੇਸ਼ਨ ਦੇ ਵਿੱਚੋਂ ਫੇਲ ਹੋ ਗਏ ਹੋ ਬਾਕੀ ਸਾਰਿਆਂ ਦੇ ਵਿੱਚੋਂ ਪਾਸ ਹੋ ਓਵਰ ਆਲ ਯੂ ਆਰ ਫੇਲ ਕਿਉਂਕਿ ਤੁਸੀਂ ਇਹ ਕੰਪੀਟੈਂਸੀ ਨੂੰ ਫੇਲ ਕਰ ਲਿਆ ਆ ਸੋ ਉਹ ਹਾਰਡ ਹੋ ਜਾਂਦਾ ਜੇ ਤੁਸੀਂ ਉਹ ਨਿੱਕੇ ਨਿੱਕੇ ਨੋਟਸ ਪੜ੍ਹਦੇ ਹੋ ਤੁਹਾਨੂੰ ਪ੍ਰੋਪਰ ਬੁੱਕਸ ਪੜ੍ਹਨੀਆਂ ਪੈਂਦੀਆਂ ਆ ਬੁੱਕਸ ਕਿਉਂਕਿ ਇੰਨਾ ਨਹੀਂ ਬੁੱਕਸ ਪੜ੍ਹੀਆਂ ਕੈਨੇਡੀਅਨ ਜਿਹੜੇ ਬੱਚੇ ਨੇ ਉਹਨਾਂ ਨੇ ਸਾਰੀਆਂ ਬੁੱਕਸ ਪੜ੍ਹੀਆਂ ਆ ਉਹ ਬਸ ਸਾਡੇ ਵਾਸਤੇ ਉਹ ਕਈ ਵਾਰੀ ਨਵਾਂ ਸਿਲੇਬਸ ਆ ਜਾਂਦਾ ਆ ਸੋ ਤੁਹਾਨੂੰ ਵੀ ਉਹ ਪੜਨੀਆਂ ਪਹਿਣੀਆਂ ਆ ਤਾਂ ਹੀ ਜੇ ਤੁੱਕੇ ਨਾਲ ਪਾਸ ਹੋਗੇ ਹੋਗੇ ਪਰ ਜੇ ਤੁਸੀਂ ਪ੍ਰੋਪਰ ਤਿਆਰੀ ਕਰਕੇ ਪਾਸ ਕਰਨਾ ਆ ਤੁਹਾਨੂੰ ਪ੍ਰੋਪਰ ਬੁੱਕਸ ਫੋਲੋ ਕਰਨੀਆਂ ਪੈਣ ਲੈ ਮਤਲਬ ਮਿਹਨਤ ਆਪਣੇ ਪੱਧਰ ਤੇ ਹੀ ਕਰਨੀ ਪੈਣੀ ਹੈ ਮਿਹਨਤ ਕਰਨੀ ਪੈਣੀ ਆ ਜਿਹੜਾ ਤੁੱਕਾ ਇੱਕ ਅੱਧਾ ਲੱਗਦਾ ਆ ਬਟ ਜੇ ਤੁਸੀਂ ਪਾਸ ਹੋਣਿਆ ਤੁਹਾਨੂੰ ਪ੍ਰੋਪਰ ਬੁੱਕਸ ਵਿੱਚੋਂ ਪ੍ਰਪੇਅਰ ਕਰਨਾ ਪੈਂਦਾ ਆ ਇਹ ਨਹੀਂ ਆ ਕਿ ਤੁਸੀਂ ਕਹੋ ਕਿ ਮੈਂ ਛੋਟੇ ਨੋਟਸ ਪੜ ਲਾਂ ਤੇ ਮੈਂ ਪਾਸ ਹੋ ਜਾਊਂਗਾ ਸੇਮ ਕੁਐਸਚਨ ਜਿਹੜਾ ਆ ਨਾ ਜਦਾਂ ਇੱਕ ਕੁਐਸਚਨ ਦੀ ਲਾਈਨ ਆ ਜਿਹੜੀ ਆ ਉਹ ਪੜਨ ਦੇ ਵਿੱਚ ਹੀ ਉਹ ਟ੍ਰਿਕੀ ਹੋ ਜਾਂਦੇ ਐ ਐਗਜ਼ਾਮ ਦੇ ਵਿੱਚ ਕਿਉਂਕਿ ਉਹਨਾਂ ਨੇ ਕੁਸ਼ਨ ਇੰਨੇ ਟ੍ਰਿਕ ਨਾਲ ਪੁੱਛਣਾ ਆ ਕਿ ਤੁਹਾਨੂੰ ਲੱਗਣਾ ਕਿ ਸਾਰੇ ਠੀਕ ਨਹੀਂ ਤੇ ਕਈ ਵਾਰੀ ਇੱਕ ਕੁਸ਼ਨ ਦੇ ਦੋ ਆਨਸਰ ਹੀ ਹੋ ਸਕਦੇ ਆ ਸੋ ਉਹ ਬਹੁਤ ਟ੍ਰਿਕੀ ਹੁੰਦਾ ਆ ਉਹ ਤੁਹਾਨੂੰ ਜੇ ਤੁਸੀਂ ਉਹ ਤੁਹਾਡਾ ਬੇਸਿਕਲੀਅਰ ਨਹੀਂ ਆ ਤੁਹਾਨੂੰ ਉਹ ਅੰਡਰਸਟੈਂਡ ਕਰਨਾ ਬੜਾ ਹਾਰਡ ਹੋ ਜਾਊਗਾ ਉਹਦੇ ਵਾਸਤੇ ਤੁਹਾਡੇ ਵਾਸਤੇ ਇਹਦੇ ਵਿੱਚ ਐਲੀਜੀਬਿਲਟੀ 'ਚ ਇਹ ਵੀ ਹੈ ਕਿ ਸਟੇਟਸ ਕੀ ਹੋਣਾ ਚਾਹੀਦਾ ਕੈਨੇਡਾ 'ਚ ਪੀਆਰ ਜਾਂ ਵਰਕ ਪਰਮਿਟ ਵਾਲੇ ਜਦੋਂ ਤੁਸੀਂ ਫਸਟ ਐਗਜ਼ਾਮ ਦੇਣਾ ਜਾਂ ਸੈਕੰਡ ਐਗਜ਼ਾਮ ਦੇਣਾ ਜਾਂ ਤੁਹਾਨੂੰ ਕੋਈ ਵੀ ਕਿਸੇ ਵੀ ਐਗਜ਼ਾਮ ਵਾਸਤੇ ਕਿਸੇ ਵੀ ਤੁਹਾਨੂੰ ਜਿਹੜਾ ਸਟੈਟਸ ਦੀ ਲੋੜ ਨਹੀਂ ਹੈ ਤੁਸੀਂ ਐਜ਼ ਅ ਵਿਜ਼ਟਰ ਆ ਕੇ ਵੀ ਇੱਥੇ ਐਗਜ਼ਾਮ ਦੇ ਸਕਦੇ ਹੋ ਜਦੋਂ ਮੈਂ ਫਸਟ ਟਾਈਮ ਆਇਆ ਸੀਗਾ ਮੈਂ ਵਿਜ਼ਟਰ ਆਇਆ ਸੀ ਐਗਜ਼ਾਮ ਦੇਣ ਤੇ ਮੈਂ ਵਿਜ਼ਟਰ ਆ ਕੇ ਐਗਜ਼ਾਮ ਦੇ ਕੇ ਵਾਪਸ ਚਲਾ ਗਿਆ ਸੀਗਾ ਤੇ ਫਿਰ ਮੈਂ ਆਪਣੀ ਇੰਟਰਨਸ਼ਿਪ ਕਰਨ ਅੰਡਰ ਯੂਬੀਸੀ ਦੇ ਵਿੱਚ ਮੈਂ ਉੱਥੇ ਦਾਖਲਾ ਲਿਆ ਸੀਗਾ ਆਪਣਾ ਇੰਟਰਨਸ਼ਿਪ ਕਰਨ ਨੂੰ ਸੋ ਸਾਰੇ ਜਾਨੀ ਜਿੰਨੇ ਵੀ ਉੱਥੇ ਇੰਡੀਆ ਦੇ ਵੀ ਬੈਠੇ ਆ ਜਾਂ ਕਿਤੇ ਹੋਰ ਵੀ ਬੈਠੇ ਆ ਤੁਸੀਂ ਵਿਸਟਰ ਵੀਜ਼ਾ ਅਪਲਾਈ ਕਰ ਸਕਦੇ ਹੋ ਕਾਰ ਸਕਦੇ ਹੋ एग्जाम ਵਾਸਤੇ ਤੁਹਾਨੂੰ ਇਹ ਸਪੋਰਟ ਕਰਦੇ ਆ ਤੁਹਾਨੂੰ ਇਹ ਲੈਟਰ ਦੇਣਗੇ ਕਿ ਹਾਂਜੀ ਜੀ ਇਸ ਬੰਦੇ ਨੇ ਇੱਥੇ एग्जाम ਦੇਣ ਆਣਾ ਆ ਤੁਸੀਂ ਉਹ ਲੈਟਰ ਨਾਲ ਲਗਾ ਸਕਦੇ ਹੋ ਤੇ ਤੁਹਾਨੂੰ ਉਹ ਵੀਜ਼ਾ ਮਿਲ ਜਾਏਗਾ ਉਹਦੇ ਵਾਸਤੇ ਤੇ ਜਦੋਂ ਤੁਸੀਂ एग्जाम ਕਲੀਅਰ ਕਰਨ ਤੋਂ ਬਾਅਦ ਜਦੋਂ ਤੁਸੀਂ ਆਪਣਾ ਅ ਇੰਟਰਨਸ਼ਿਪ ਕਰਨੀ ਆ ਉਹਦੇ ਵਾਸਤੇ ਤੁਹਾਨੂੰ ਕੋ ਆਪ ਵਰਕ ਪਰਮਿਟ ਅਪਲਾਈ ਕਰਨਾ ਪੈਂਦਾ ਆ ਜਦੋਂ ਤੁਸੀਂ ਉਹ ਯੂਨੀਵਰਸਿਟੀ ਚ ਅਪਲਾਈ ਕਰਦੇ ਹੋ ਕੋਰਸ ਵਾਸਤੇ ਉਹ ਤੁਹਾਨੂੰ ਨਾਲ ਹੀ ਵਰਕ ਪਰਮਿਟ ਵੀ ਲਾ ਕੇ ਦਿੰਦੇ ਆ ਤੁਹਾਨੂੰ ਤੁਹਾਨੂੰ ਉਹ ਸਪੋਰਟ ਕਰਦੇ ਆ ਵਰਕ ਪਰਮਿਟ ਵਾਸਤੇ ਤੇ ਆਈ ਥਿੰਕ ਜਦੋਂ ਤੁਸੀਂ ਇਮੀਗ੍ਰੇਸ਼ਨ ਦੇ ਵਿੱਚ ਜਦੋਂ ਸਕਿਲਡ ਵਰਕਰ ਦੇ ਵਿੱਚ ਵੀ ਲਾਉਂਦੇ ਆ ਫਾਈਲ ਆਈ ਥਿੰਕ ਤੁਹਾਨੂੰ ਉਦੋਂ ਵੀ ਉਹ ਡਾਕੂਮੈਂਟ ਅਵੈਲਿਊਏਟ ਕਰਵਾਉਣ ਨੂੰ ਕਹਿੰਦੇ ਆ ਜੋ ਪੀਈਬੀਸੀ ਹੀ ਕਰਦਾ ਆ ਤੁਸੀਂ ਆਈ ਥਿੰਕ ਮੋਸਟਲੀ ਬਾਕੀ ਲੋਕੀ ਜਿਹੜੇ ਨੇ ਉਹ ਦੂਸਰੀਆਂ ਸੰਸਥਾਵਾਂ ਤੋਂ ਕਰਾਉਂਦੇ ਆ ਬਟ ਜੋ ਫਾਰਮੇਸੀ ਆ ਉਹ ਤੁਹਾਨੂੰ ਪੀਈ ਬੀਸੀ ਤੋਂ ਹੀ ਕਰਾਉਣੇ ਪੈਂਦੇ ਆ ਸਕਿਲਡ ਵਰਕਰ ਵਾਸਤੇ ਵੀ ਤੇ ਐਂਡ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਜਿਹੜੇ ਕਿ ਇਸ ਸਮੇਂ ਤਿਆਰੀ ਵਿੱਚ ਵੀ ਲੱਗੇ ਹੋਏ ਨੇ ਤੇ ਉਹ ਖੁਦ ਇੱਥੇ ਆ ਕੇ ਅੱਗੇ ਇਸ ਪ੍ਰੋਫੈਸ਼ਨ 'ਚ ਜਾਣਾ ਚਾਹੁੰਦੇ ਨੇ ਪਰ ਡਰ ਕਿਤੇ ਨਾ ਕਿਤੇ ਉਹਦੇ ਮਨ ਦੇ ਵਿੱਚ ਹੈ ਕਿ ਕਿਵੇਂ ਹੋਵੇਗਾ ਇਹਦੇ ਵਿੱਚ ਡਰਨ ਦੀ ਕੋਈ ਲੋੜ ਨਹੀਂ ਆਸੀਂ ਸਾਰੇ ਹੀ ਸੇਮ ਬ੍ਰੇਨ ਦੇ ਦੇ ਸਾਰੇ ਦਾ ਬ੍ਰੇਨ ਸੇਮ ਹੁੰਦਾ ਆ ਜਸਟ ਇਹ ਆ ਕਿ ਕਿਸੇ ਨੇ ਤਿਆਰੀ ਜਿਹੜੀ ਉਹ ਖਿੱਚ ਕੇ ਕੀਤੀ ਹੁੰਦੀ ਆ ਕਿਸੇ ਨੇ ਤਿਆਰੀ اچانک ਕਰ ਲਾਂਗੇ اچੀ ਕਰ ਲਾਂਗੇ ਜੀ ਉਹਦਾ ਕੀਤੀ ਹੁੰਦੀ ਆ ਉਹਦੇ ਵਿੱਚ ਕੀ ਆ ਜੀ ਹੁਣ ਮੇਰੇ ਕੋਲ ਐਸ ਵਲੇ 3-4 ਮੇਰੇ ਫਰੈਂਡਸ ਨੇ ਉਹ ਸਾਰੇ ਤਿਆਰੀ ਕਰ ਰਿਹਾ ਐ ਐਂਡ ਉਹ ਸਾਰੇ ਬੜੇ ਕੰਫੀਡੈਂਟ ਨੇ ਉਹ ਸਾਰੇ ਆਪ ਪ੍ਰੋਪਰ ਜੋ ਬੁੱਕਸ ਫੋਲੋ ਕਰ ਰਹੇ ਆ ਉਹ ਸਭ ਕੁਝ ਅਕੋਰਡਿੰਗ ਟੂ ਸਿਲੇਬਸ ਪੜ੍ਹ ਰਹੇ ਆ ਉਹ ਸ਼ਾਰਟਕਟ ਨਹੀਂ ਯੂਜ਼ ਕਰ ਰਹੇ ਸੋ ਮੈਂ ਕੌਨਫੀਡੈਂਟ ਹਾਂ ਕਿ ਉਹ ਰੀਲੀ ਐਗਜ਼ਾਮ ਨੂੰ ਪਾਸ ਕਰ ਲੈਣਗੇ ਡਰਨ ਦੀ ਕੋਈ ਲੋੜ ਨਹੀਂ ਆ ਥੋੜੀ ਜਿਹੀ ਤੁਹਾਨੂੰ ਹਾਰਡ ਵਰਕ ਕਰਨਾ ਪੈਣਾ ਆ ਥੋੜੀ ਜਿਹੀ ਗਾਈਡੈਂਸ ਦੀ ਲੋੜ ਪੈਂਦੀ ਆ ਕਿ ਕਈ ਕੀ ਲੋਕੀ ਹੁੰਦੇ ਆ ਅਮਰੀਕਨ ਬੁੱਕ ਨੂੰ ਫੜ ਲੈਂਦੇ ਆ ਉਹਦੇ ਚ ਲਾ ਅਮਰੀਕਨ ਨੇ ਕੈਨੇਡੀਅਨ ਲਾ ਡਿਫਰੈਂਟ ਨੇ ਜੇ ਤੁਸੀਂ ਅਮਰੀਕਨ ਲਾ ਪੜ੍ਹ ਕੇ ਕੈਨੇਡੀਅਨ ਐਗਜ਼ਾਮ ਦੇ ਰਹੇ ਹੋ ਤੇ ਉਹਦੇ ਜੋ ਤੁਹਾਡਾ ਰੋਂਗੀ ਬਣਾਇਆ ਕੁਸਚਨ ਜਦੋਂ ਤੁਸੀਂ ਪੜ ਰਹੇ ਹੋ ਰਾਈਟ ਕਿਉਂਕਿ ਥੋੜੇ ਲਾ ਡਿਫਰੈਂਸ ਆ ਜਾਂਦੇ ਆ ਸੋ ਤੁਸੀਂ ਕੈਨੇਡੀਅਨ ਬੁੱਕ ਜਿਹੜੀਆਂ ਵੀ ਹੈਗੀਆਂ ਉਹ ਫੋਲੋ ਕਰੋ ਕੈਨੇਡੀਅਨਸ ਜਿਹੜੇ ਆ ਜਿਹੜੇ ਰੂਲਸ ਆ ਰੈਗੂਲੇਸ਼ਨ ਆ ਉਹ ਫੋਲੋ ਕਰੋ ਪੜੋ ਤਾਂ ਐਗਜ਼ਾਮ ਜਿਹੜਾ ਇੰਨਾ ਤੁਸੀਂ ਜੇ ਪੜੋਗੇ ਤੇ ਇੰਨਾ ਹਾਰ ਨਹੀਂ ਆ ਜੀ ਨਹੀਂ ਪੜੋਗੇ ਤੇ ਫਿਰ ਹਾਰ ਹੀ ਆ ਥੈਂਕ ਯੂ ਸੋ ਮਚ ਤੇ ਅੰਤ ਵਿੱਚ ਮੈਂ ਤੁਹਾਨੂੰ ਕੁਝ ਪੁੱਛਣ ਤੋਂ ਰਹਿ ਗਿਆ ਆਪਣੇ ਵੱਲੋਂ ਕਹਿਣਾ ਚਾਹੁੰਦੇ ਹਾਂ ਅ ਬਸ ਇਹੀ ਆ ਜੀ ਬਸ ਪ੍ਰਪੇਅਰ ਕਰੋ ਐਗਜ਼ਾਮ ਨੂੰ ਤੇ ਡਰਨਾ ਨਹੀਂ ਆ ਜੀ ਤੇ ਬਹੁਤ ਅਪਰਚੂਨਿਟੀ ਆਥੇ ਅਜੇ ਇੱਕ ਗੱਲ ਮੈਂ ਦੱਸਣੀ ਭੁੱਲ ਗਿਆ ਜਦੋਂ ਤੁਸੀਂ ਤੁਹਾਡਾ ਸਾਰਾ ਕੁਝ ਹੋ ਜਾਂਦਾ ਆ ਤੁਹਾਨੂੰ ਇੱਥੇ ਯੂਬੀਸੀ ਦੇ ਵਿੱਚ ਇੱਕ ਕੋਰਸ ਕਰਨਾ ਪੈਂਦਾ ਆ ਉਹ ਕਨੇਡੀਅਨ ਫਾਰਮਸੀ ਪ੍ਰੈਕਟਿਸ ਪ੍ਰੋਗਰਾਮ ਜੇ ਤੁਸੀਂ ਉਹ ਕੋਰਸ ਨਹੀਂ ਕਰਦੇ ਤੁਹਾਨੂੰ ਉਹਨਾਂ ਨੇ ਇੰਟਰਨਸ਼ਿਪ ਨਹੀਂ ਕਰਨ ਦੇਣੀ ਤੇ ਤੁਹਾਨੂੰ ਉਹ ਕੋਰਸ ਕਰਨਾ ਜ਼ਰੂਰੀ ਉਹਨਾਂ ਨੇ ਹੁਣ ਕਰ ਦਿੱਤਾ ਹੋਇਆ ਆ ਆਈ ਥਿੰਕ 2014 ਤੋਂ ਬਾਅਦ ਕੀਤਾ ਹੋਇਆ ਆ ਜਿਨ੍ਹਾਂ ਨੇ ਪਹਿਲਾਂ ਦਾ ਐਗਜ਼ਾਮ ਦਿੱਤੇ ਉਹਨਾਂ ਨੂੰ ਉਹ ਕਰਨ ਦੀ ਲੋੜ ਨਹੀਂ ਸੀਗੀ ਤੇ ਉਹਦੀ ਫੀਸ ਰੋਂ 13000 ਡਾਲਰ ਆ ਤੇ ਅਲਬਰਟਾ ਚ ਵੀ ਆਈ ਥਿੰਕ ਸੇਮ ਪ੍ਰੋਸੀਜਰ ਆ ਤੇ ਅੰਟਾਰੀਆ ਦੇ ਵਿੱਚ ਵੀ ਸੇਮ ਪ੍ਰੋਸੀਜਰ ਹੋ ਗਿਆ ਆ ਮੋਸਟਲੀ ਸਾਰੇ ਨੇ ਫੋਲੋ ਕਰ ਲਿਆ ਕਿ ਤੁਹਾਨੂੰ ਉਹ ਕੋਰਸ ਕਰਨਾ ਹੀ ਪੈਣਾ ਆ ਸੋ ਉਹੀ ਇੱਕ ਜੋ ਮੇਨ ਅਰਜੈਂਟ ਜੋ ਫੀਸ ਦੀ ਫਾਈਨੈਂਸ਼ੀਅਲ ਦੀ ਆ ਉਹ ਤੁਹਾਨੂੰ ਦੇਖਣੀ ਪੈਣੀ ਆ ਥੈਂਕ ਯੂ ਸੋ ਮੱਚ ওকে ਥੈਂਕ ਯੂ ਸੋ ਮੱਚ ਜਿਵੇਂ ਕਿ ਤੁਸੀਂ ਇੱਕ ਤਜਰਬੇਕਾਰ ਫਾਰਮਾਸਿਸਟ ਤੋਂ ਸਾਰੇ ਸਵਾਲਾਂ ਦੇ ਜਵਾਬ ਸੁਣੇ ਨੇ ਕੈਨੇਡਾ ਵਿੱਚ ਜੇਕਰ ਤੁਸੀਂ ਪਹਿਲਾਂ ਤੋਂ ਮੌਜੂਦ ਹੋ ਜਾਂ ਫਿਰ ਕਿਸੇ ਬਾਹਰਲੇ ਮੁਲਕ ਵਿੱਚ ਫਾਰਮੇਸੀ ਕਰ ਰਹੇ ਹੋ ਜਾਂ ਫਿਰ ਇਸ ਦੇ ਵਿੱਚ ਤੁਹਾਡਾ ਤਜਰਬਾ ਹੈ ਜਾਂ ਇਸ ਪ੍ਰੋਫੈਸ਼ਨ 'ਚ ਕੈਨੇਡਾ ਜਾ ਕੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਇਸ ਸੰਬੰਧੀ ਸਾਰੇ ਸਵਾਲ ਜਾਣਨ ਦੀ ਅਸੀਂ ਕੋਸ਼ਿਸ਼ ਕੀਤੀ ਹੈ ਕੁਝ ਇਸੇ ਤਰ੍ਹਾਂ ਕਿਸੇ ਹੋਰ ਪ੍ਰੋਫੈਸ਼ਨ ਦੇ ਬਾਰੇ ਵੀ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਸਵਾਲ ਪੁੱਛ ਸਕਦੇ ਹੋ ਹਰ ਵੀਕਐਂਡ ਅਸੀਂ ਹਾਜ਼ਰ ਹੋਵਾਂਗੇ ਤੁਹਾਡੇ ਲਈ ਲੈ ਕੇ ਕੈਰੀਅਰ ਪਾਥਵੇਜ਼